ਹਾਂਜੀ, ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਜਗਦੀਪ ਸਿੰਘ। ਅੱਛਾ, ਕੀ ਦਿੱਕਤ ਆਈ ਤੁਹਾਨੂੰ ਜਿਹੜਾ ਅੱਜ ਆਪਣੇ ਫਾਦਰ ਦਾ ਇਨਸਾਫ ਲੈਣ ਦੇ ਲਈ ਤੁਹਾਨੂੰ ਠਾਣੇ ਮੁਰੇ ਧਰਨਾ ਲਾਉਣਾ ਪਿਆ ਜੀ? ਉਹਨਾਂ ਦੇ ਦੱਸਣ ਮੁਤਾਬਕ ਜੋ ਸਾਡਾ ਆੜ੍ਹਤੀ ਆਈ 20-25 ਸਾਲ ਪਹਿਲਾਂ ਜੀ, ਉਹਨਾਂ ਤੋਂ 20-25 ਹਜ਼ਾਰ ਰੁਪਇਆ ਲਿਆ ਸੀਗਾ ਜੀ, ਉਹ ਅਸੀਂ ਵਾਪਸ ਕਰਤਾ ਸੀਗਾ ਜੀ। ਉਹ ਹੁਣ ਸਾਨੂੰ ਤੰਗ ਪਰੇਸ਼ਾਨ ਕਰਦੇ ਸੀ, ਉਹਨਾਂ ਤੋਂ ਪਰੇਸ਼ਾਨ ਹੋ ਕੇ ਜੀ ਮੇਰੇ ਡੈਡੀ ਬਲਵੀਰ ਸਿੰਘ ਉਹ ਆਤਮ ਹੱਤਿਆ ਕਰ ਗਈ। ਸੁਸਾਈਡ ਨੋਟ 'ਤੇ ਉਹਨਾਂ ਦੇ ਨੇਮ ਵੀ ਆ ਜੀ ਪ੍ਰਸ਼ਾਸਨ। ਕਿਹਦੇ ਨਾਂ ਸੀਗੇ? ਜਨਕ ਰਾਜ ਜੀ, ਉਹਨਾਂ ਦਾ ਬੇਟਾ ਜੀ ਸੰਜੀਵ ਚੋਪੜਾ ਜੀ, ਅਤੇ ਇੱਕ ਅਵਿਨਾਸ਼ ਚੋਪੜਾ ਅਤੇ ਇੱਕ ਸਾਧੂ ਸਿੰਘ ਡਰਾਈਵਰ ਜੀ। ਅਰੈਸਟ ਕੀਤੇ ਗਏ ਕਿ ਕੀਤੇ ਨਹੀਂ ਅਜੇ? ਪਹਿਲਾਂ ਜਨਕ ਰਾਜ ਚੋਪੜਾ ਕਰਿਆ ਜੀ। ਠੀਕ ਹੈ, ਅਤੇ ਤੁਹਾਡੀ ਕੀ ਇਨਸਾਫ ਦੀ ਮੰਗ ਹੈ ਜੀ? ਬਸ ਜਿਹੜੇ ਬੰਦੇ ਜਿਹੜੇ FIR 'ਚ ਦੋਸ਼ੀ ਆ ਜੀ, ਉਹਨਾਂ ਨੂੰ ਫੜਿਆ ਜਾਵੇ ਜੀ, ਅਸੀਂ ਸੰਸਕਾਰ ਕਰ ਦਿੰਦੇ ਹਾਂ। ਅੱਜ ਦੇ ਮਸਲੇ ਬਾਰੇ ਜੀ, ਮੈਂ ਰਿਸ਼ਮ ਸਿੰਘ ਯਾਤਰੀ ਭਾਰਤੀ ਕਿਸਾਨ ਨੂੰ ਇੱਕ ਤਾਂ ਸਿੱਧੀ ਕਰਾਂ, ਜੋ ਇਹ ਮਾਸਲਾ ਅੱਜ ਦਾ ਨਹੀਂ, ਲਗਭਗ 17 ਤਰੀਕ ਤੋਂ ਕਿਸਾਨ ਨੇ ਆਤਮ ਹੱਤਿਆ ਕੀਤੀ ਹੈ ਬਲਵੀਰ ਸਿੰਘ ਨੇ। ਬਾਕਾਇਦਾ ਉਹ ਦੋਸ਼ੀਆਂ ਦੇ ਨਾਂ ਲੈ ਕੇ ਸੁਸਾਈਡ ਜੇਲ੍ਹ ਦੇ ਵਿੱਚ ਨੋਟ ਪਾਇਆ ਕਿ ਆਹ ਬੰਦਿਆਂ ਤੋਂ ਮੈਂ ਤੰਗ ਆ ਕੇ ਮਜਬੂਰੀ ਬਸ ਖੁਦਕੁਸ਼ੀ ਕਰਨਾ। ਪਰ ਬੜੇ ਦੁੱਖ ਦੀ ਗੱਲ ਆ, ਇੱਥੋਂ ਦਾ ਪ੍ਰਸ਼ਾਸਨ ਆ ਜਿਹੜਾ 17 ਤਰੀਕ ਦੀ ਘਟਨਾ, ਅੱਜ ਅਸੀਂ 26 ਤਰੀਕ ਦੇ ਵਿੱਚ ਖੜ੍ਹੇ ਹਾਂ, ਇਸ ਮਸਲੇ 'ਤੇ ਗੰਭੀਰਤਾ ਨਾਲ ਗੌਰ ਨਹੀਂ ਕਰ ਰਿਹਾ। ਭਾਵੇਂ ਅਸੀਂ 20 ਤਰੀਕ ਨੂੰ ਸੰਕੇਤਕ ਧਰਨਾ ਦਿੱਤਾ ਸੀ, ਪਰ ਪ੍ਰਸ਼ਾਸਨ ਨੇ ਵਿਸ਼ਵਾਸ ਲਾਇਆ ਸੀ ਦੋ ਤਿੰਨ ਦਿਨਾਂ ਦੇ ਵਿੱਚ ਜਿੰਨੇ ਦੋਸ਼ੀ ਬਾਹਰ ਨੇ FIR ਦੇ ਵਿੱਚ ਪਾਏ ਗਏ ਨੇ, ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਾਂਗੇ। ਪਰ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਹਿਯੋਗ ਦੇ ਨਾਲ ਇੱਕ ਬੰਦਾ ਅਰੈਸਟ ਕੀਤਾ ਅਤੇ ਦੂਜੇ ਜਿਹੜੇ ਦੋਸ਼ੀ ਨੂੰ ਬਾਹਰ ਸਰੇਆਮ ਭੁਗਤੇ ਫਿਰਦੇ, ਪਰ ਪ੍ਰਸ਼ਾਸਨ ਨੇ ਅੱਜ ਤੱਕ ਉਹਨਾਂ ਨੂੰ ਜੇ ਕਹਿ ਲਈਏ ਖੁੱਲ੍ਹੇ ਛੱਡਿਆ ਹੋਇਆ। ਸੋ ਅਸੀਂ ਮੰਗ ਕਰਾਂਗੇ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਤੋਂ, ਪ੍ਰਸ਼ਾਸਨ ਤੋਂ ਬਠਿੰਡੇ ਜ਼ਿਲ੍ਹੇ ਕਿ ਇੱਕ ਪਾਸੇ ਤਾਂ ਸਾਡੇ ਕਿਸਾਨ ਦੀ ਡੈੱਡ ਬੋਡੀ ਪਈ ਆ, ਹਫ਼ਤਾ ਹੋ ਗਿਆ ਲਗਭਗ ਹਸਪਤਾਲ, ਪਰ ਪ੍ਰਸ਼ਾਸਨ ਸਰਕਾਰ ਉਹ ਦੋਸ਼ੀਆਂ ਦਾ ਪੱਕ ਭੁੱਲ ਰਹੀ ਆ ਫੜਨ ਦੀ ਬਜਾਏ, ਜਿਸ ਕਰਕੇ ਅੱਜ ਸਾਨੂੰ ਮਜਬੂਰੀ ਬਸ ਮੀਟਿੰਗ ਕਰਕੇ ਅਸੀਂ ਅਗਲਾ ਐਕਸ਼ਨ ਕਰਾਂਗੇ, ਉਸ ਕਿਸਾਨ ਦੀ ਡੈੱਡ ਬੋਡੀ ਲੈ ਕੇ ਅੱਗੇ ਵਧਾਂਗੇ। ਪਰ ਪ੍ਰਸ਼ਾਸਨ ਨੂੰ ਸਮਾਂ ਕੁਛ ਟਾਈਮ ਦਾ ਕਿ ਅੱਜ ਵੀ ਉਹਨਾਂ ਕੋਲ ਸਮਾਂ ਕਿ ਗ੍ਰਿਫਤਾਰ ਕਰ ਲੈਣ, ਅਸੀਂ ਉਹ ਕਿਸਾਨ ਦਾ ਸੰਸਕਾਰ ਕਰੀਏ। ਜੇਕਰ ਅੱਜ ਵੀ ਨਹੀਂ ਕਰਦੇ ਉਹ ਦੋਸ਼ੀਆਂ ਨੂੰ, ਤਾਂ ਅਗਲਾ ਐਕਸ਼ਨ ਅਸੀਂ ਬਠਿੰਡੇ ਜ਼ਿਲ੍ਹੇ ਵੱਲੋਂ ਸਖ਼ਤ ਲਾਉਣਾਂਗੇ, ਜਿਹੜਾ ਕਿ ਜ਼ਿੰਮੇਵਾਰੀ ਖੁਦ ਬਠਿੰਡੇ ਜ਼ਿਲ੍ਹੇ ਪ੍ਰਸ਼ਾਸਨ ਦੀ ਹੋਊਗੀ। ਇੱਥੇ ਕੋਈ ਵੀ ਜਾਨੀ ਮਾਨੀ ਨੁਕਸਾਨ ਹੁੰਦਾ ਖੁਦ ਬਠਿੰਡੇ ਜ਼ਿਲ੍ਹੇ ਦਾ ਪ੍ਰਸ਼ਾਸਨ ਹੋਊ, ਜਿੰਨਾ ਚਿਰ ਉਹ ਜਿਹੜੇ ਦੋਸ਼ੀ FIR ਦੇ ਵਿੱਚ ਪਾਏ ਗਏ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦਾ, ਉਹਨਾਂ ਚਿਰ ਅਸੀਂ ਜਿਹੜਾ ਅੱਜ ਐਕਸ਼ਨ ਮੀਟਿੰਗ ਕਰਕੇ ਲਾਵਾਂਗੇ ਉਹ ਰੱਖਾਂਗੇ, ਜਿੰਨਾ ਚਿਰ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਅਤੇ ਅੰਦਰ ਪ੍ਰਸ਼ਾਸਨ ਨਹੀਂ ਦਿੰਦਾ, ਉਹਨਾਂ ਚਿਰ ਅਸੀਂ ਕਿਤੇ ਵੀ ਬੈਠੀਏ ਰੋਡ ਰੋਕ ਕੇ ਜਾਂ ਥਾਣਾ ਰੋਕ ਕੇ ਉਹ ਮੀਟਿੰਗ ਕਰਕੇ ਸੀਟ 'ਤੇ ਅਗਲਾ ਐਕਸ਼ਨ ਅਸੀਂ ਕਰਨ ਲਈ ਮਜਬੂਰ ਹੋਵਾਂਗੇ। ਉੱਥੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਵਾਰ ਵਾਰ ਦਾਅਵਾ ਕੀਤਾ ਜਾਂਦਾ ਕਿ ਥਾਣਿਆਂ ਦੇ ਵਿੱਚ ਪਹਿਲਾਂ ਦੇ ਨਾਲੋਂ ਕੰਮ ਪਹਿਲਾਂ ਹੋਣ ਲੱਗੇ ਸੀ, 24 ਘੰਟੇ ਵਿੱਚ ਸੁਣਵਾਈ ਕੀਤੀ ਜਾਂਦੀ ਆ, ਤੁਹਾਡੇ ਕਹਿਣ ਦੇ ਮੁਕਾਬਲ ਪੂਰਾ 1.5 ਮਹੀਨੇ ਦੇ ਕਰੀਬ ਹੋ ਗਿਆ, ਤੁਹਾਨੂੰ ਇੱਥੇ ਖੱਜਲ ਖੁਆਰ ਹੁੰਦਿਆਂ ਨੂੰ ਕੀ ਕਹਿਣਾ ਚਾਹੋਗੇ ਇਹਦੇ ਲਈ ਜੀ? ਦੇਖੋ, ਸਾਨੂੰ ਨਹੀਂ ਲੱਗਦਾ, ਕਹਿਣ ਨੂੰ ਤਾਂ ਮੁੱਖ ਮੰਤਰੀ ਕੀ ਜਾਂ ਗੱਲ ਕਰੀਏ ਉੱਪਰ ਮੋਦੀ ਸਾਹਿਬ ਬੜਾ ਕੁਛ ਕਹਿੰਦੇ ਨੇ, ਸਾਡੇ ਮੁੱਖ ਮੰਤਰੀ ਦੀ ਗੱਲ ਕਰੀਏ ਬੜੇ ਦਾਅਵੇ ਕਰਦਾ, ਪਰ ਉਹ ਕਿਤੇ ਨਾ ਕਿਤੇ ਰੁਲਕੇ ਰਹਿ ਜਾਂਦੇ ਨੇ, ਦਾਅਵੇ ਹੀ ਨਾ ਥੱਲੇ ਲਾਗੂ ਨਹੀਂ। ਥਾਣੇ ਦੇ ਵਿੱਚ ਜਿਹੜਾ ਹਾਲ ਆ ਬੁਰਾ ਹਾਲ ਆ, ਜੇ ਛੋਟਾ ਕੰਮ ਆ ਤਾਂ ਵੀ ਲਮਕਿਆ, ਜੇ ਵੱਡਾ ਤਾਂ ਵੀ ਲਮਕਿਆ,
ਕੋਈ ਇਹੋ ਜਿਹਾ ਕੇਸ ਆ ਜੇ ਇੱਕ ਕਿਸਾਨ ਮਜਬੂਰੀ ਬਸ ਕਿਸੇ ਤੋਂ ਦੁਖੀ ਹੋ ਕੇ ਸੁਇਸਾਈਡ ਨੋਟ ਲਿਖਦਾ ਜੇਬ ਦੇ ਵਿੱਚ ਪਾਉਂਦਾ ਵੀ ਮੈਂ ਤੋਂ ਦੁਖੀ ਹਾਂ ਆਤਮ ਹੱਤਿਆ ਕਰਦਾ ਉਹਦੀ ਬਣਦਾ ਕਿ ਨਾ ਧਰਨ ਵਾਲੀ ਤਾਂ ਗੱਲ ਹੀ ਦੇ ਕੇ ਐਫ ਆਰ ਦਰਜ ਹੋ ਗਈ ਅਤੇ ਦੋਸ਼ੀ ਨੂੰ ਉਹਦੀ ਨਾਲ ਦੀ ਨਾਲ ਫੜ ਕੇ ਗ੍ਰਿਫਤਾਰ ਕਰਕੇ ਅੰਦਰ ਚੁੱਕਣਾ ਪਰ ਕਿਤੇ ਵੀ ਸਾਨੂੰ ਨਹੀਂ ਦਿਸਦਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਵੀ ਥਾਣਿਆਂ ਦੇ ਵਿੱਚ ਫੌਰੀ ਕੰਮ ਹੁੰਦੇ ਨੇ ਫੌਰੀ ਕਿਸਾਨਾਂ ਦੀ ਸੁਣਵਾਈ ਹੁੰਦੀ ਆ ਕੋਈ ਵੀ ਕੰਮ ਫੌਰੀ ਕਿਤੇ ਨਹੀਂ ਹੁੰਦਾ ਜੇਕਰ ਹੁੰਦਾ ਤਾਂ ਕਿਸਾਨ ਇਕੱਠੇ ਹੋ ਕੇ ਡੰਡੇ 'ਚ ਝੰਡਾ ਪਾ ਕੇ ਬਾਰ ਮੂਹਰੇ ਵਹਿ ਕੇ ਜਾਂ ਸੜਕ ਮੂਹਰੇ ਵਹਿ ਕੇ ਆਪਦਾ ਮਜਬੂਰੀ ਬਸ ਮਸਲਾ ਹੱਲ ਕਰਵਾਉਂਦੇ ਨੇ ਜਿਹੜਾ ਕਿ ਸਰਕਾਰਾਂ ਦਾ ਫਰਜ਼ ਆ ਇਹਦਾ ਕੰਮ ਜਦੋਂ ਇੱਕ ਬੰਦਾ ਸੁਇਸਾਈਡ ਕਰ ਗਿਆ ਲਿਖ ਕੇ ਦੇ ਗਿਆ ਵੀ ਆਹ ਵਿਅਕਤੀਆਂ 'ਤੇ ਮੈਂ ਔਖਾਂ ਤਾਂ ਉਹ ਵੀ ਇਹਨਾਂ ਨੇ ਅੰਦਰ ਕਰ ਦੇਣਾ ਸੀ 17 ਤਰੀਕ ਦੀ ਘਟਨਾ ਅੱਜ 26 ਦੇ ਵਿੱਚ ਖੜ੍ਹੇ ਹਾਂ ਇੱਕ ਬੰਦਾ ਉਹ ਵੀ ਆ ਦਾਵ ਨਾਲ ਕਿਸਾਨਾਂ ਨੂੰ ਥਾਣੇ ਮੂਹਰੇ ਬਹਿ ਕੇ ਜਾਂ ਵਿੱਚ ਬਹਿ ਕੇ ਅਰੈਸਟ ਕਰਵਾਇਆ ਅਤੇ ਇੱਥੋਂ ਦਾ ਪ੍ਰਸ਼ਾਸਨ ਸੁੱਤਾ ਪਿਆ ਸੀ ਮਰ ਗਿਆ ਤਾਂ ਮਰ ਗਿਆ ਕਿਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਜਿਸ ਕਰਕੇ ਅਸੀਂ ਮਜਬੂਰੀ ਬਸ ਅਗਲਾ ਐਕਸ਼ਨ ਆ ਜਿਹੜਾ ਉਹ ਸਖਤ ਕਰਾਂਗੇ ਜਿੰਨਾ ਚਿਰ ਦੋਸ਼ੀਆਂ ਨੂੰ ਅੰਦਰ ਨਹੀਂ ਕਰਦਾ ਡੈਡ ਬੋਡੀ ਕਿਸਾਨ ਦੀ ਪਈ ਆ ਉਨ੍ਹਾਂ ਚਿਰ ਸੰਸਕਾਰ ਨਹੀਂ ਕਰਾਂਗੇ ਜਿੰਨਾ ਚਿਰ ਸਾਰੇ ਦੋਸ਼ੀ ਜੇਲ੍ਹ ਦੇ ਵਿੱਚ ਨਹੀਂ। ਹਾਂਜੀ ਸਰ, ਇੱਕ ਭਾਈ ਰੂਪੇ ਦਾ ਮਾਮਲਾ ਜਿਹੜਾ ਆੜਤੀ ਵਾਲਾ ਤੁਹਾਡੇ ਧਿਆਨ 'ਚ ਹੈ ਜੀ? ਜੀ ਜੀ ਧਿਆਨ ਸਰ, ਕੀ ਕਹਿਣਾ ਚਾਹੋਗੇ ਪਰਿਵਾਰ ਵੱਲੋਂ ਅੱਜ ਧਰਨਾ ਲਾਇਆ ਗਿਆ ਜੀ? ਇਹ ਮੁਕੱਦਮਾ ਨੰਬਰ 25/18/524 ਨੂੰ ਅਧੀਨ ਧਾਰਾ 334 IPC PS ਸਕੂਲ ਵਿਖੇ ਦਰਜ ਰਜਿਸਟਰ ਹੋਇਆ ਸੀ, ਜਿਹਦੇ ਵਿੱਚ 4 ਦੋਸ਼ੀ ਆ, ਜਿਨ੍ਹਾਂ 'ਚੋਂ ਜੰਕਰਾ ਚੋਪੜਾ ਪੁੱਤਰ ਮਦਨ ਗੋਪਾਲ ਅਸੀਂ ਗ੍ਰਿਫਤਾਰ ਕਰ ਲਿਆ ਅਤੇ 3 ਦੋਸ਼ੀਆਂ ਲਈ ਗ੍ਰਿਫਤਾਰੀ ਬਾਕੀ ਆ, ਜਿਨ੍ਹਾਂ ਲਈ ਗ੍ਰਿਫਤਾਰੀ ਲਈ ਅਸੀਂ ਸੰਭਵ ਯਤਨ ਕਰ ਰਹੇ ਹਾਂ, ਜਿਨ੍ਹਾਂ ਨੂੰ ਜਲਦੀ ਸਲਾਖਾਂ ਵਿੱਚ ਭੇਜ ਰਹੇ ਹਾਂ।